ਕੀ ਕਰਾਂ ਬਾਬਾ, ਦਿਹਾੜੀ ਨੀ ਲੱਗਦੀ, ਕੀ ਕਰੀਏ, ਜਵਾਕ ਘਰੇ ਭੁੱਖੇ ਨੇ ਗੇ, ਸਾਲਾ ਮਰਨ ਨੂੰ ਜੀ ਕਰਦਾ ਪਿਆ, ਕੀ ਕਰੀਏ, ਔਖੇ ਹੋਏ ਆ। ਬੜਾ ਦੁਖੀ ਜਾ ਬੈਠਾ, ਕੀ ਕਰਾਂ ਵੀਰੇ, ਕੰਮ ਨੀ ਚੱਲਦਾ, ਔਖਾ ਹੋਇਆ। ਬਾਬੇ ਲਵੇ ਲੈ ਕੇ ਚੱਲਦਾ, ਤੇਰਾ ਉਹ ਕਰੂ ਪਾ ਬਾਈ ਯਾਰ, ਬੜਾ ਔਖਾ ਵੀਰੇ, ਤੇਰੀ ਮਿਹਰਬਾਨੀ ਹੋ ਯਾਰ, ਲੈ ਚੱਲ ਵੀਰੇ, ਲੈ ਚੱਲ, ਬੜੀ ਮਿਹਰਬਾਨੀ ਹੋ ਯਾਰ ਤੇਰੀ। ਚੱਲਦੇ ਚੱਲਦੇ ਆਪਾਂ ਤੈਨੂੰ ਲੈ ਕੇ ਚੱਲ। ਬਾਬਾ ਜੀ ਫੋਨ ਆਇਆ, ਕਿਹਦਾ ਹੈ? ਹਾਂ ਵੀ ਬੱਚਾ, ਬੱਚਾ ਨੀ ਹੁੰਦਾ ਉਹ, ਕੋਈ ਨਾ ਕਰਦਾਂਗੇ ਕੋਈ ਨੀ। ਹਾਂ ਵੀ ਬਾਹਰ ਵੀ ਜਾਣਾ, ਲੱਖ ਰੁਪਿਆ ਲੱਗੂਗਾ, ਭੇਜ ਦਾਂਗੇ ਕੋਈ ਨੀ, ਚੱਲ ਠੀਕ ਆ। ਚੱਲ ਠੀਕ ਆ, ਜੈ ਸੰਤਾਂ ਦੀ। ਆ ਬੱਚਾ, ਬਾਬਾ ਜੀ ਆਪਣੇ ਮੁੰਡੇ ਦਾ ਹੱਲ ਕਰਨਾ, ਕੀ ਹੋ ਗਿਆ ਕੀ ਆ ਇਹ, ਕੀ ਹੋ ਗਿਆ? ਬੜਾ ਔਖਾ ਜੀ, ਰੋਟੀ ਨੀ ਪੱਕਦੀ ਹੈਗੀ, ਦਿਹਾੜੀ ਨੀ ਲੱਗਦੀ ਹੈਗੀ, ਬਹੁਤ ਔਖਾ ਬਾਬਾ ਜੀ। ਉਹ ਕੋਈ ਨੀ ਬੱਚਾ, ਕੋਈ ਨੀ, ਕਰਦਾਂਗੇ ਕੰਮ, ਕਰਦਾਂਗੇ ਤੇਰਾ ਹੱਲ, ਤੇਰਾ ਕਰਦਾਂਗੇ, ਪੰਜ ਛੇ ਚੀਜ਼ਾਂ ਲੱਗਣਗੀਆਂ, ਕਰਦੇਗਾ, ਕਰਦਾਂਗੇ ਬਾਬਾ ਜੀ, ਕਰਦਾਂਗੇ। ਹਾਂ ਐਂ ਕਰੀ, ਦੇਸੀ ਘਿਓ ਦਾ ਪੀਪਾ, ਅੱਛਾ ਜੀ, ਠੀਕ ਹੈ, ਇੱਕ ਮੁਰਗੀ, ਰੋਸਟ ਰੈਗ ਦੀ ਬੋਤਲ, ਠੀਕ ਹੈ, ਇਹ ਚੀਜ਼ਾਂ ਲੈ ਕੇ ਵੀਰਵਾਰ ਨੂੰ ਸ਼ਾਮ ਨੂੰ 7 ਵਜੇ ਮੇਰੇ ਕੋਲ ਆ ਜੀ, ਠੀਕ ਹੈ। ਹਾਂ ਹੋ ਜੂਗਾ ਭਲਾ, ਕੋਈ ਨੀ, ਟੈਨਸ਼ਨ ਨਾ ਲੈ। ਜੈ ਸੰਤਾਂ ਦੀ, ਜੈ ਸੰਤਾਂ ਦੀ। ਜਵਾਕ ਤਾਂ ਪਹਿਲਾਂ ਹੀ ਘਰੇ ਭੁੱਖੇ ਨੇ, ਕੀ ਕਰੂੰਗਾ ਮੈਂ? ਉਹ ਕੀ ਹੋ ਗਿਆ ਭੋਲਿਆ ਵੀਰੇ, ਕੀ ਕਰਾਂ, ਬਹੁਤ ਔਖਾ। ਕੀ ਹੋ ਗਿਆ ਦੱਸ? ਇੱਕ ਤਾਂ ਘਰ ਦੀ ਗਰੀਬੀ ਨੇ ਮਾਰ ਰੱਖਿਆ। ਅੱਛਾ, ਇੱਕ ਬਾਬੇ ਕੋਲੇ ਗਿਆ ਤੇ ਉਹਨੇ ਇੰਨਾ ਮਹਿੰਗਾ ਸਮਾਨ ਲਿਖਾਤਾ। ਓਏ ਬਾਬਿਆਂ ਦੇ ਚੱਕਰਾਂ ਚ ਨਾ ਪੈ, ਭੋਲਿਆ ਪੰਛੀ ਆ, ਪਖੰਡੀ ਹੁੰਦੇ ਨੇ, ਕਿਉਂ ਭੋਲਾ ਬਣਿਆ ਤੂੰ? ਰੱਬ ਰੱਬ ਕਰਿਆ ਕਰ, ਸ਼ੁਕਰ ਕਰਿਆ ਕਰ 24 ਘੰਟੇ, ਉਹਦੇ ਕਰ ਕੋਈ ਘਾਟਾ। ਪੰਛੀ ਆ, ਦੇਖ ਮੇਰੀ ਕਣਕ ਭਾਗ ਲੱਗੇ ਪਏ ਨੇ, ਸੋਨੇ ਵਰਗੀ ਹੋਈ ਪਈ ਹੈ। ਪਰ ਵੀਰੇ ਹੁਣ ਮੈਂ ਕੀ ਕਰਾਂ? ਤੂੰ ਗੁਰਦੁਆਰੇ ਜਾਇਆ ਕਰ, ਮੱਥਾ ਟੇਕਿਆ ਕਰ, ਅਰਦਾਸ ਬੇਨਤੀ ਕਰਿਆ ਕਰ, ਸਾਰਾ ਕੁਝ ਠੀਕ ਹੋ ਜਾਊਗਾ। ਤੈਨੂੰ ਗੁਰਦੁਆਰਾ ਸਾਹਿਬ ਲੈ ਕੇ ਚੱਲਾਂ। ਵਾਹਿਗੁਰੂ ਵਾਹਿਗੁਰੂ। ਯਾਰ ਬਾਈ ਨੇ ਮੈਨੂੰ ਸਿੱਧੇ ਰਾਹ ਪਾਇਆ, ਅੱਜ ਉਹ ਬਾਈ ਨੂੰ ਮਿਲ ਕੇ ਆਉਣੇ। ਅਰਦਾਸ ਹਰ ਵੇਲੇ ਸਿਮਰਨ। ਮੈਂ ਕਾਗਜ਼ ਦੀ